ਹਾਂਜੀ ਦੇਖ ਰਹੇ ਹੋ ਵਿਦਨ ਪੰਜਾਬ ਟੀਵੀ ਲਈ ਇਹ ਫਿਰ ਖਬਰਾਂ ਦੀ ਖਬਰ ਜੀ ਹਾਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਖਬਰ ਹੁਣ ਭਾਰਤ ਦੇ ਰਾਜਨੀਤਿਕ ਦਲ ਹੁਣ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਮੁਫਤ ਖੋਰੀ ਵਾਲੀਆਂ ਯੋਜਨਾਵਾਂ ਤੋਂ ਭੱਜਣ ਨੂੰ ਫਿਰਦੀਆਂ ਨੇ ਆਪੇ ਲਾਈਆਂ ਆਪੇ ਲਿਆਂਦੀਆਂ ਆਪੇ ਖਜ਼ਾਨਿਆਂ ਨੂੰ ਖੋਰਾ ਲਾਇਆ ਆਪੇ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਬਜਾਏ ਮੁਫਤ ਸਕੀਮਾਂ ਦਾ ਅ ਮਤਲਬ ਕਿ ਲਾਲਚ ਦਿੱਤਾ ਪਰਮਾਇਆ ਉਹਦੇ ਨਾਲ ਵੋਟਾਂ ਹੱਥਿਆਈਆਂ ਤੇ ਹੁਣ ਹਾਲਤ ਜਦੋਂ ਪਤਲੀ ਹੋਣ ਲੱਗੀ ਤਦ ਭੱਜਣਾ ਚਾਹੁੰਦੀਆਂ ਨੇ ਪਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਸੁਪਰੀਮ ਕੋਰਟ ਨੇ ਚੰਗੀ ਚਾੜ ਲਾਈ ਮਾਨਯੋਗ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਵੀ ਕਿਟਾਰੇ 'ਚ ਖੜਾ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਿਟਾਰੇ 'ਚ ਖੜਾ ਕੀਤਾ ਤੇ ਪੁੱਛਿਆ ਕਿ ਕੀ ਹੈ ਇਹ ਕਿਉਂ ਨਹੀਂ ਤੁਸੀਂ ਇਸ ਦੇ ਉੱਪਰ ਤਕਰਾਰ ਕਰਦੇ ਕਿਉਂ ਨਹੀਂ ਉੱਪਰ ਬਹਿਸ ਕਰਦੇ ਕਿਉਂ ਨਹੀਂ ਉੱਪਰ ਚਰਚਾ ਕਰਦੇ ਕਿਉਂ ਨਹੀਂ ਇਸ ਮਸਲੇ ਨੂੰ ਬਾਹਰ ਨਿਕਲਦੇ ਕਿੱਥੋਂ ਆਏਗਾ ਪੈਸਾ ਕਿੱਥੋਂ ਲਿਆਓਗੇ ਪੈਸਾ ਤੁਸੀਂ ਲੋਕਾਂ ਨੂੰ ਪਰਮ ਭਲੇਖਿਆਂ ਚ ਪਾਉਨੇ ਹੋ ਮੁਫਤ ਯੋਜਨਾਵਾਂ ਦੇ ਨਾਂ ਤੇ ਵੋਟਾਂ ਹਟਿਆਨੇ ਹੋ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੇ ਹੀ ਟੈਕਸਾਂ ਤੋਂ ਤੁਸੀਂ ਉਸ ਨੂੰਆਂ ਸਹੂਲਤਾਂ ਦੇਣ ਦਾ ਦਮ ਭਰਦੇ ਹੋ ਤੇ ਖਜ਼ਾਨਾ ਹੈ ਨਹੀਂ ਫਿਰ ਕਰਜ਼ੇ ਲੈ ਕੇ ਸਰਕਾਰਾਂ ਚੱਲਦੀਆਂ ਸੋ ਇਸ ਲਈ ਇਸ ਮਸਲੇ ਤੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕੇਂਦਰ ਸਰਕਾਰ ਵਿੱਚ ਵਿੱਚ ਮੜੀ ਜਿਹੀ ਛੁਰਲੀ ਛੜਨ ਲੱਗ ਗਈ ਸੀ ਕਿ ਲਓ ਜੀ ਰੋੜੀਆਂ ਵਾਲੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਨਰਿੰਦਰ ਮੋਦੀ ਜੀ ਵੀ ਥੋੜਾ ਜਿਹਾ ਬੋਲੇ ਸੁਪਰੀਮ ਕੋਰਟ ਵੀ ਬੋਲੇ ਤਨਵਿੰਦਰ ਮੋਦੀ ਨੇ ਜਦੋਂ ਬੋਲੇ ਤਾਂ ਅਰਵਿੰਦ ਕੇਜਰੀ ਵਾਲ ਵੀ ਬੋਲੇ ਕਹਿੰਦੇ ਸਾਡੀ ਯੋਜਨਾਵਾਂ ਤੇ ਹਮਲਾ ਕੀਤਾ ਜਾ ਰਿਹਾ ਅਸੀਂ ਇਹ ਯੋਜਨਾਵਾਂ ਲੈ ਕੇ ਆਏ ਆ ਮੁਫਤ ਪਾਣੀ ਵਾਲੀ ਮੁਫਤ ਬਿਜਲੀ ਇਸ ਲਈ ਉਹਨੂੰ ਬੰਦ ਕਰਾਉਣ ਲਈ ਪਰ ਸੁਪਰੀਮ ਕੋਰਟ ਨੇ ਸਮੁੱਚੇ ਇਸ ਸਿਸਟਮ ਨੂੰ ਸਵਾਲ ਖੜਾ ਕੀਤਾ ਸਮੁੱਚੇ ਰਾਜਨੀਤਿਕ ਧਰਾਂ ਨੂੰ ਸਵਾਲ ਖੜਾ ਕੀਤਾ ਕਿ ਤੁਸੀਂ ਇਹ ਤੋਂ ਬਾਹਰ ਕਿਉਂ ਨਹੀਂ ਆਉਂਦੇ ਕ ਬڑے ਵਕੀਲ ਸੰਸਦ ਮੈਂਬਰ ਵੀ ਸੁਪਰੀਮ ਕੋਰਟ ਇਹਨਾਂ ਨੂੰ ਪੁੱਛਿਆ ਕਿ ਕਰਾਓ ਚਰਚਾ ਇਹਦੇ ਪਰ ਕਿਉਂ ਨਹੀਂ ਕਰਦੇ ਚਰਚਾ ਸੰਸਦ ਚ ਕੌਣ ਪੱਜਦਾ ਇਹ ਤੋਂ ਤੇ ਇਸ ਪਹਿਲੂ ਨੂੰ ਹੁਣ ਗੰਭੀਰਤਾ ਨਾਲ ਲੈਣ ਗਿਆ ਵੀ ਪਾਰਟੀਆਂ ਔਰ ਲੈਣੀ ਉਹਨਾਂ ਦੀ ਮਜਬੂਰੀ ਵੀ ਆ ਸਚਾਈ ਇਹ ਆ ਕਿ ਅੱਜ ਹੁਣ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਇਹ ਨਾ ਲੋਕ ਲਵਾਉਣੇ ਵਾਅਦਿਆਂ ਤੋਂ ਇਹ ਨਾ ਐਲਾਨਾਂ ਤੋਂ ਕੋਈ ਸਰਕਾਰ ਆਉਂਦੀ ਹੈ ਲੈਪਟਾਪ ਦੇਵਾਂਗੇ ਕੋਈ ਸਰਕਾਰ ਆਉਂਦੀ ਹੈ ਮੋਬਾਈਲ ਦੇਵਾਂਗੇ ਕੋਈ ਸਰਕਾਰ ਆਉਂਦੀ ਹੈ ਸਾਈਕਲ ਦੇਾਂਗੇ ਕੋਈ ਸਰਕਾਰ ਆਉਂਦੀ ਹੈ ਮੋਪੜ ਦੇਾਂਗੇ ਕੋਈ ਕਹਿੰਦੇ ਤੇਲ ਵੀ ਪਵਾ ਦੇਾਂਗੇ ਰਾਜਾ ਬੜਿੰਕਾਂ ਦਾ ਕਾਰ ਵੀ ਦੀਵਨਾਲੀ ਭੇਜ ਦਿਆ ਕਰਾਂਗੇ ਸ ਜਾ ਕੇ ਹਾਂ ਕਦੇ ਚੀਨੀ ਕਦੇ ਚਾਹ ਪੱਤੀ ਹਾਂ ਕਦੇ ਆਟਾ ਦਾਲ ਸੋ ਇਹ ਸਾਰੇ ਤੇ ਹੁਣ 1000 ਰੁਪਿਆ ਖਾਤੇ ਚ ਦੂਆ ਕਹਿੰਦਾ 2000 ਸੋ ਇਹ ਲਗਾਤਾਰ ਜਿਹੜੀਆਂ ਇਸ ਦੇਸ਼ ਭਰ ਦੇ ਵਿੱਚ ਇਸੇ ਤਰ੍ਹਾਂ ਨਰਿੰਦਰ ਮੋਦੀ ਹੋਰੀ 15-15 ਲੱਖ ਖਾਤਿਆਂ ਚ ਕਾਲਾ ਧੰਨ ਵਾਪਸ ਐਨਾ ਹਿੱਸਾ ਆ ਜਾਣਾ ਹਰੇਕ ਦੇ 2 ਕਰੋੜ ਨੌਕਰੀਆਂ ਸਾਲ ਚ ਕਿਸਾਨਾਂ ਦੀ ਆਮਦਨ ਦੁਖਣੀ ਸੋ ਬੜੇ ਲੱਛੇਦਾਰ ਗੱਲਾਂ ਸੋ ਇਸ ਤਰ੍ਹਾਂ ਸਾਰੇ ਸੂਬਿਆਂ ਚ ਵੀ ਇਹੋ ਜਿਹਾ ਕੁਝ ਹੁੰਦਾ ਸੋ ਉਸ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਹੋਈ ਉਹਨੇ ਚੋਣ ਕਮਿਸ਼ਨ ਨੂੰ ਪੁੱਛਿਆ ਔਰ ਜਿਸ ਕਦਰ ਇਹ ਮਾਮਲਾ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਇਸ ਦੇ ਉੱਤੇ ਚਰਚਾ ਕਰਨ ਲਈ ਜਿਵੇਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੇਂਦਰ ਸਰਕਾਰ ਬੈਠੇ ਇਹਦੇ ਵਿੱਚ ਚੌਣ ਕਮਿਸ਼ਨ ਬੈਠੇ ਇਹਦੇ ਵਿੱਚ ਬਾਕੀ ਦਲਾਂ ਦੇ ਪ੍ਰਤੀਨਿਧੀ ਬੈਠਣ ਇਹਦੇ ਵਿੱਚ ਲਾ ਕਮਿਸ਼ਨ ਬੈਠੇ ਇਹਦੇ ਵਿੱਚ ਨੀਤੀਯੋਗ ਬੈਠੇ ਇਹਦੇ ਵਿੱਚ ਵਿੱਤ ਕਮਿਸ਼ਨ ਬੈਠੇ ਹਾਂ ਇਹਦੇ ਵਿੱਚ ਨਾਲ ਦੀ ਨਾਲ ਆਰਬੀਆਈ ਬੈਠੇ ਸੋ ਸਾਰੀਆਂ तरहਾਂ ਬੈਠ ਕੇ ਇੱਕ ਚਰਚਾ ਕਰੋ ਤੇ ਇਸ ਮਸਲੇ ਨੂੰ ਬਾਹਰ ਨਿਕਲੋ ਸੰਸਦ ਚ ਵੀ ਗਲਤ ਹੋਰੀ ਸੰਸਦ ਚ ਵੀ ਇਹਦੇ ਉੱਪਰ ਗੱਲਬਾਤ ਜਦੋਂ ਸ਼ੁਰੂ ਹੋਈ ਤਾਂ ਉੱਥੇ ਵੀ ਕੁਝ ਪੱਖ ਇਸ ਪਾਸੋਂ ਰੱਖੇਗੇ ਕਿ ਕੀ ਹੁਣ ਇਹ ਰਿਉੜੀਆ ਮੰਡਣੀ ਯੋਜਨਾ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਇਹਨਾਂ ਚੋਂ ਬਾਹਰ ਨਿਕਲਣਾ ਚਾਹੀਦਾ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ ਤੇ ਉੱਥੇ ਬਰਨ ਗਾਂਧੀ ਬੋਲਦੇ ਨੇ ਬਰਨ ਗਾਂਧੀ ਨੇ ਬਾਕ ਕਮਾਲ ਸਵਾਲ ਕੀਤਾ ਕਿਸਾਨ ਅੰਦੋਲਨ ਦੌਰਾਨ ਵੀ ਬਰਨ ਗਾਂਧੀ ਖੁੱਲ ਕੇ ਕਿਸਾਨਾਂ ਦੇ ਨਾਲ ਖੜੇ ਸੀ ਭਾਜਪਾ ਤੋਂ ਆਉਂਦੇ ਨੇ ਭਾਜਪਾ ਦੇ ਮੈਂਬਰ ਨੇ ਭਾਜਪਾ ਤੋਂ ਵੱਲੋਂ ਜਿੱਤੇ ਹੋਏ ਨੇ ਪਰ ਅੱਜ ਕੱਲ੍ਹ ਹੋ ਸਕਦਾ ਅਗਲੀ ਵਾਰ ਟਿਕਟ ਨਾ ਮਿਲੇ ਹੋ ਸਕਦਾ ਅਗਲੀ ਵਾਰ ਪਾਰਟੀ ਚੋਂ ਬਾਹਰ ਹੋਣ ਤੇ ਜਾਂ ਕੋਈ ਹੋ ਸਦਾ ਰਾਜਨੀਤੀ ਕੋਈ ਆਪਣੀ ਚਾਲ ਹੋਵੇ ਪਰ ਫਿਲਹਾਲ ਜਦੋਂ ਵੀ ਕਿਸਾਨਾਂ ਦਾ ਮਸਲਾ ਆਇਆ ਜਦੋਂ ਵੀ ਲੋਕ ਖਿੱਤ ਦਾ ਮਸਲਾ ਆਇਆ ਜਾਂ ਹੁਣੇ ਤਾਜ਼ਾ ਮਸਲਾ ਆਇਆ ਤਦੋਂ ਬੋਲਦੇ ਨਜ਼ਰ ਆਏ ਤੇ ਇਸ ਮਸਲੇ ਤੇ ਵੀ ਉਹ ਕਹਿੰਦੇ ਠੀਕ ਹੈ ਉਹ ਕਹਿੰਦੇ ਆ ਮੁਫਤ ਅਲੀਆ ਯੋਜਨਾਵਾਂ ਬੰਦ ਕਰਨ ਬਾਰੇ ਜੋ ਸੋਚਣਾ ਤੇ ਪ੍ਰਚਾਰਚਾ ਹੋਣੀ ਚਾਹੀਦੀ ਹੈ ਪਰ ਲੋਕ ਖਿੱਤ ਯੋਜਨਾਵਾਂ ਔਰ ਮੁਫਤ ਅਲੀਆ ਯੋਜਨਾਵਾਂ ਇਹਨਾਂ ਚ ਫਰਕ ਸਮਝੋਣਾ ਚਾਹੀਦਾ ਲੋਕ ਖਿੱਤ ਯੋਜਨਾਵਾਂ ਦੁਨੀਆ ਭਰ ਦੀਆਂ ਸਰਕਾਰਾਂ ਚਲਾਉਂਦੀਆਂ ਨੇ ਲੋਕ ਖਿੱਤ ਯੋਜਨਾਵਾਂ ਨੂੰ ਜਿਵੇਂ ਆਯੂਸ਼ਮਾਨ ਵਰਗੀ ਯੋਜਨਾ ਹੁਣ ਉਹਦਾ ਭੋਗ ਪੈ ਰਿਆ ਪਰ ਉਹ ਕਹਿੰਦੇ ਕਿ ਜੇ ਤੁਹਾਨੂੰ ਲੱਗਦਾ ਕਿ ਮੁਫਤ ਵਾਲੀਆਂ ਯੋਜਨਾਵਾਂ ਬੰਦ ਕਰਨੀਆਂ ਤਾਂ ਸ਼ੁਰੂਆਤ ਆਪਣੇ ਤੋਂ ਕਰੋ ਜੀ ਹਾਂ ਉਹ ਕਹਿੰਦੇ ਕਿ ਮੈਂਬਰ ਪਾਰਲੀਮੈਂਟ ਭਾਰਤੀ ਸੰਸਦ ਦੇ ਮੈਂਬਰ ਆਪਣੇ ਤੋਂ ਸ਼ੁਰੂਆਤ ਕਰਨ ਛੱਡੋ ਆਪਣੀਆਂ ਪੈਨਸ਼ਨਾਂ ਛੱਡੋ ਆਪਣੇ ਪੱਤੇ ਇਹ ਉਹਨਾਂ ਨੇ ਕਿਹਾ ਕਿਥੋਂ ਸ਼ੁਰੂਆਤ ਕਰੋ ਸੋ ਹੁਣ ਇਸ ਗੱਲ ਦੇ ਉੱਤੇ ਵੀ ਜੇਕਰ ਸੰਸਦ ਚਰਚਾ ਤੁਰ ਪਈ ਆ ਜਿਵੇਂ ਪੰਜਾਬ ਸਰਕਾਰ ਨੇ ਕਰਕੇ ਦਿਖਾਇਆ ਕਿ ਚਾਰ ਚਾਰ ਪੈਨਸ਼ਨਾਂ ਛੇ ਛੇ ਪੈਨਸ਼ਨਾਂ ਬੰਦ ਇੱਕ ਪੈਨਸ਼ਨ ਸੋ ਉਸੇ ਤਰ੍ਹਾਂ ਉੱਥੇ ਵੀ ਇਹ ਪਹਿਲ ਕਦਮੀ ਹੋ ਸਕਦੀ ਆ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਾਲਾਂ ਦੇ ਵਿੱਚ ਇਸ ਵੱਲ ਵਧਿਆ ਜਾਵੇ ਕਿ ਪੈਸਾ ਪਾਈ ਜਨਤਾ ਦਾ ਤੇ ਤੁਸੀਂ ਬਿਜਲੀ ਵੀ ਜਿੰਨੀ ਮਰਜ਼ੀ ਮੁਫਤ ਪਾਣੀ ਵੀ ਜਿੰਨਾ ਮਰਜ਼ੀ ਮੁਫਤ ਨੌਕਰ ਚਾਕਰ ਵੀ ਗੱਡੀਆਂ ਵੀ ਤੇਲ ਵੀ ਘਰ ਵੀ ਟੋਲ ਵੀ ਟੈਕਸ ਵੀ ਸਫਰ ਵੀ ਕਮਾਲਾ ਫਿਰ ਕਹਿੰਦੇ ਸੀ ਦੇ ਸੇਵਾ ਕਰ ਰਹੇ ਤੇ ਤਨਖਾਹ ਪੱਤੇ ਅੱਡ ਮਿਲਦੇ ਨੇ ਹਰ ਚੀਜ਼ ਤੇ ਸੋ ਇਸ ਲਈ ਉਹਦੇ ਵਿੱਚੋਂ ਵੀ ਕਹਿੰਦੇ ਬਾਹਰ ਨਿਕਲੋ ਖੁਦ ਵੀ ਪਹਿਲਾਂ ਮੁਫਤ ਵਾਲੀਆਂ ਹਾਂ ਜਿਹੜੀਆਂ ਜੇਬ ਕੱਟਣੀਆਂ ਆਤਾਂ ਨੇ ਉਹ ਛੱਡੋ ਸੋ ਇਸ ਨੂੰ ਲੈ ਕੇ ਗੰਭੀਰ ਚਰਚਾ ਹੋਈ ਤੇ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਤੇ ਸਖਤੀ ਹੋਣ ਦੀ ਇੱਕ ਸੰਭਾਵਨਾ ਖੜੀ ਹੈ ਕਿ ਹੁਣ ਇਸ ਮਸਲੇ ਤੇ ਕੁਝ ਕਾਰਵਾਈ ਹੋ ਸਕਦੀ ਹੈ ਗੱਲ ਆਇਸ਼ਮਾਨ ਦੀ ਆਈ ਆਇਸ਼ਮਾਨ ਯੋਜਨਾ ਪੀਜੀਆਈ ਦਾ 16 ਕਰੋੜ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦਾ 260 ਕਰੋੜ 500 ਦੇ ਕਰੀਬ ਪ੍ਰਾਈਵੇਟ ਹਸਪਤਾਲ ਦੋਸਤੋ ਇੱਕ ਦੇ ਕਰੀਬ ਸਰਕਾਰੀ ਹਸਪਤਾਲ 700 ਦੇ ਕਰੀਬ ਹਸਪਤਾਲਾਂ 'ਚ ਇਹ ਯੋਜਨਾ ਚੱਲਦੀ ਆ 60% ਯੋਗਦਾਨ ਕੇਂਦਰ ਦਾ 40% ਪੰਜਾਬ ਦਾ ਜਾਂ ਜੇ ਦੂਸਰੀ ਤਰ੍ਹਾਂ ਦੇਖੀ ਤਾਂ 60% ਮਰੀਜ਼ਾਂ ਦਾ ਇਲਾਜ ਕੇਂਦਰ ਦੇ ਖਜ਼ਾਨੇ 'ਚ ਹੋ ਜਾਂਦਾ 40% ਪੰਜਾਬ ਦੇ ਖਜ਼ਾਨੇ 'ਚ ਹੁੰਦਾ ਪਰ ਪੰਜਾਬ ਆਪਣਾ ਹਿੱਸਾ ਦੇ ਹੀ ਨਹੀਂ ਪਾਰਿਆ ਕਹਿੰਦੇ ਜੀ ਕੰਪਨੀ ਐਸਪੀਆਈ ਵਾਲੇ ਨਾਲ ਸਮਝੌਤਾ ਹੋਇਆ ਸੀ ਜੀ ਸਮਝੌਤਾ 19 ਅਗਸਤ 2022 ਤੱਕ ਸੀ ਜੀ ਪਰ ਉਹ ਦਸੰਬਰ 'ਚੇ ਭੱਜ ਗਏ ਜੀ ਤੇ ਪਈ ਜੇ ਦਸੰਬਰ ਚ ਭੱਜੇ ਫਿਰ ਕਾਰਵਾਈ ਕਿਨੇ ਕਰਨੀ ਸੀ ਚੰਨੀ ਸਰਕਾਰ ਕਰਦੀ ਕਾਰਵਾਈ ਚੰਨੀ ਨਹੀਂ ਤਾਂ ਹੁਣ ਭਗਵੰਤ ਮਾਨ ਸਰਕਾਰ ਕਰਦੀ ਕਾਰਵਾਈ ਜੇਕਰ ਲੋਕਾਂ ਨਾਲ ਵਾਦਾ ਕਰਕੇ ਸਰਕਾਰ ਨਾਲ ਇੱਕ ਯੋਜਨਾ ਤਹਿਤ ਐਗਰੀਮੈਂਟ ਕਰਕੇ ਕੋਈ ਲੋਕਾਂ ਦੀ ਸਿਹਤ ਸਹੂਲਤਾਂ ਨਾਲ ਖਿਲਵਾੜ ਕਰਕੇ ਇੱਕ ਕੰਪਨੀ ਭੱਜ ਗਈ ਸੋਨ ਲੱਗਿਆ ਕਿ ਕਰੋਨਾ ਕਾਲ ਦੇ ਵਿੱਚ ਮਰੀਜ਼ ਘਟ ਆ ਰਹੇ ਨੇ ਹ ਮਨਾਫਾ ਵੱਧ ਹੋ ਜਾਣਾ ਖਰਚਾ ਘੱਟ ਹੋਣਾ ਚਲੋ ਲੈ ਲਓ ਯੋਜਨਾ ਤਾਂ ਇਸ ਸਕੀਮ ਚ ਆ ਗਏ ਤੇ ਪਰ ਹੁਣ ਜਦੋਂ ਮਰੀਜ਼ ਰੂਟੀਨ ਵਾਲਗੇ ਹੋਗੇ ਤੇ ਉੱਥੇ ਫਿਰ ਕੰਪਨੀ ਫਰਾਰ ਹੋ ਗਈ ਤੇ ਫਰਾਰ ਹੋਣ ਦਾ ਖਮਿਆਜ਼ਾ ਕਿਹਨੂੰ ਭੁਗਤਣਾ ਪਿਆ ਨਾ ਚੰਨੀ ਸਰਕਾਰ ਨੂੰ ਕੋਈ ਨੁਕਸਾਨ ਹੋਇਆ ਨਾ ਭਗਵੰਤਵਾਲਾ ਦੀ ਸਰਕਾਰ ਨੂੰ ਕੋਈ ਨੁਕਸਾਨ ਆ ਚੰਨੀ ਉਹਨਾਂ ਦੀ ਪਾਰਟੀ ਦੀ ਫੱਟੀ ਪੁੱੱਚੀ ਗਈ ਵੱਖਰੀ ਗੱਲ ਆ ਪਰ ਸਰਕਾਰ ਨੂੰ ਕੀ ਲੈਣਾ ਸਰਕਾਰ ਇਹ ਨਹੀਂ ਤਾਂ ਉਹ ਬਣ ਗਈ ਪਰ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਅੱਜ ਇਲਾਜ ਖਣੋ ਪ੍ਰਾਈਵੇਟ ਹਸਪਤਾਲਾਂ ਨੇ ਉਹ ਕੱਢ ਲੈਣੇ ਬੰਦ ਕਰਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੇ ਉਹ ਕਾਟ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਚੰਡੀਗੜ੍ਹ ਦੇ 16 ਹਸਾਲ ਹੋਵੇ 32 ਹਸਾਲ ਹੋਵੇ ਉਹ ਪਹਿਲਾਂ ਹੀ ਨਾ ਕਰ ਚੁੱਕੇ ਸੀ ਤੇ ਹੁਣ ਪੀਜੀ ਨੇ ਵਿੰਕਾਰ ਕਰ ਦਿੱਤਾ ਪੀਜੀ ਕਹਿੰਦਾ 16 ਕਰੋੜ ਖੜਾ ਸਾਡਾ ਤੇ ਪਿਤ ਮੰਤਰੀ ਹਰਪਾਲ ਚਿਮਾ ਜੀ ਕਹਿੰਦੇ ਕਿ ਪੈਸੇ ਜਾਰੀ ਹੋਗੇ 100 ਕਰੋੜ ਅਸੀਂ ਜਾਰੀ ਕਰ ਦਿੱਤਾ ਹੈ ਇਹ ਯੋਜਨਾ ਚੱਲਦੀ ਰਹੂਗੀ ਅਸੀਂ ਹੁਣ ਬੇਸ਼ੱਕ ਕੰਪਨੀ ਫਰਾਰ ਹੈ ਅਸੀਂ ਟਰਸਟ ਤੇ ਰਹਿੰਨ ਚਲਾਵਾਂਗੇ ਤੇ ਨਵੀਂ ਯੋਜਨਾ ਲਿਆਵਾਂਗੇ ਲੋਕਾਂ ਦੀ ਸਹੂਲਤਾਂ ਦੇ ਉੱਤੇ ਨਾਲ ਕੋਈ ਸਮਝੌਤਾ ਨਹੀਂ ਹੋਊਗਾ ਪੈਸੇ ਚੱਕੋ ਪਰ ਪੀਜੀਆ ਹੀ ਅਜੇ ਤੱਕ ਨਹੀਂ ਉਧਰੋਂ ਸੂਚਨਾ ਆਈ ਪੀਜੀਆ ਦੇ ਕੱਲ ਬੁਲਾਰੇ ਨੇ ਦੇਰ ਰਾਤ ਦੱਸਿਆ ਕਿ ਨਾ ਸਾਨੂੰ ਪੈਸੇ ਮਿਲੇ ਨੇ ਨਾ ਸਾਨੂੰ ਸਰਕਾਰ ਦੀ ਕੋਈ ਚਿੱਠੀ ਮਿਲੀ ਹੈ ਨਾ ਸਰਕਾਰ ਦਾ ਕੋਈ ਸੁਨੇਹਾ ਆਇਆ ਸੋ ਅਜੇ ਤੱਕ ਨਾ ਸੁਨੇਹਾ ਆਇਆ ਨਾ ਸੁਨੇਹਾ ਭੇਜਿਆ ਨਾ ਚਿੱਠੀ ਭੇਜੀ ਨਾ ਪੈਸੇ ਭੇਜੇ ਸੋ ਪੈਸੇ ਕਿੱਥੇ ਨੇ ਕਿੱਥੇ ਖੜੇ ਨੇ ਹੁਣ ਤਾਂ ਇੰਨੀ ਤੇਜ਼ੀ ਆ ਕਿ ਸਕਿੰਟਾਂ 'ਚ ਪੈਸਾ ਵਿਦੇਸ਼ 'ਚ ਵਿਦੇਸ਼ ਤੋਂ ਇੱਥੇ ਖਾਤਿਆਂ ਤੋਂ ਇੱਧਰ ਤੋਂ ਉੱਧਰ ਤੇ ਹੁਣ ਤਾਂ ਫੋਨ ਤੇ ਹੋ ਜਾਂਦੇ ਸੋ ਇਹਦੇ ਵਿੱਚ ਕੀ ਤਕਨੀਕੀ ਮਸਲਾ ਖੜਾ ਕਿ ਅਜੇ ਤੱਕ ਉਹ ਕਹਿੰਦੇ ਪੈਸੇ ਆਏ ਹੀ ਨਹੀਂ ਸੋ ਇਸ ਲਈ ਇੱਕ ਪਾਸੇ ਇਹ ਯੋਜਨਾ ਤੇ ਇਹਦੇ ਨਾਲ ਪੰਜਾਬ ਸਿੱਧਾ ਪੰਜਾਬ ਦੇ ਵਾਸੀ ਸਿੱਧੇ ਪ੍ਰਭਾਵਿਤ ਹੋ ਰਹੇ ਨੇ ਔਰ ਇੱਕ ਵਾਰ ਫੇਰ ਸਰਕਾਰ ਲਈ ਵੀ ਚੁਣੌਤੀ ਬਣਦਾ ਜਾ ਰਿਹਾ ਕਿਉਂਕਿ ਸਿਹਤ ਨਾਲ ਜੁੜਿਆ ਮਾਮਲਾ ਤੇ ਸਿਹਤ ਮਾਮਲੇ 'ਚ ਸਰਕਾਰ ਦੀ ਪਹਿਲਾਂ ਹੀ ਖਾਸੇ ਪਾਸਿਓਂ ਖਿੱਚੋਤਾਣਾ ਚਾਹੀਓ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਨੂੰ ਲੈ ਕੇ ਹੋਵੇ ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਹੋਵੇ ਤੇ ਚਾਹੇ ਹੁਣ ਪੰਜਾਬ ਦੇ ਮਹੱਲਾ ਕਲੀਨਿਕਾਂ ਦਾ ਮਸਲਾ ਹੋਵੇ ਚਾਹੇ ਡਾਕਟਰਾਂ ਵੱਲੋਂ ਜਿਵੇਂ ਮਤਲਬ ਕਿ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਚਾਹੇ ਉਹ ਉਸ ਬੀਸੀਡੀ ਆਰਡ ਦੇ ਵਿੱਚ ਚਾਹੇ ਉਹ ਕੰਮ ਦੇ ਸਿਸਟਮ ਦੇ ਹਿਸਾਬ ਨਾਲ ਕੇ ਸਰਕਾਰ ਨਾਲ ਪ੍ਰਸ਼ਾਸਨਿਕ ਤਾਲਮੇਲ ਨਹੀਂ ਬਣ ਰਿਹਾ ਨਾ ਅਧਿਕਾਰੀਆਂ ਦਾ ਨਾ ਮਲਾਜਮਾਂ ਦਾ ਨਾ ਡਾਕਟਰਾਂ ਦਾ ਇਸ ਲਈ ਸੋਸਤੀਫਿਆਂ ਦਾ ਖੇਡ ਤੇ ਅਸਰ ਪੰਜਾਬ ਤੇ ਪੰਚਾਇਤ ਦਿਨ ਚਰਨ ਵਾਲੇ ਸਹਿਤਾ ਕੇਂਦਰਾਂ ਨੂੰ ਪਹਿਲਾ ਜਨਵਰੀ ਤੋਂ ਕੋਈ ਦਵਾਈ ਪੱਤਾ ਨਹੀਂ ਆਇਆ ਹੈ ਦੂਸਰੇ ਜਿਹੜੇ ਡਿਸਪੈਂਸਰੀਆਂ ਸਾਡੀਆਂ ਉਹ ਕਿੰਨੇ ਥਾਂਵਾਂ ਬੰਦ ਪਈਆਂ ਨੇ ਘਾਉਗਰ ਰਿਆ ਏ ਤੇ ਇੱਧਰ ਨਵੇਂ ਮਹੱਲਾ ਕਲੀਨਿਕ ਨੂੰ 75 ਚਾਲੂ ਹੋਣੇ ਨੇ ਉੱਥੇ ਦਾ ਸਿਸਟਮ ਹੈ ਜੇ ਲੋਕਾਂ ਦੇਖਣਾ ਪਰ ਪੁਰਾਣੇ ਦਾ ਢਾਂਚਾ ਬੈਠ ਗਿਆ ਚਲੋ ਇਸ ਨੂੰ ਵੀ ਆਪਾਂ ਅੱਗੇ ਵਧਈਏ ਹੁਣ ਇੱਥੇ ਬੰਦਿਆਂ ਦੇ ਇਲਾਜ ਵਾਲੀਆਂ ਮਸਲਿਆਂ ਦੀਆਂ ਦਿੱਕਤਾਂ ਆ ਗਈਆਂ ਇੱਥੇ ਹਸਪਤਾਲਾਂ ਨੇ ਉਹ ਯੋਜਨਾਵਾਂ ਤੋਂ ਮੂੰਹ ਮੋੜ ਲਿਆ ਇਹ ਸਭ ਦੇ ਬਾਵਜੂਦ ਵੀ ਇੱਕ ਹੋਰ ਪਹਿਲੂ ਵੱਡਾ ਜਿਹੜਾ ਸਾਹਮਣੇ ਉੱਪਰ ਆ ਰਿਹਾ ਉਹ ਹੈ ਜੀ ਪੰਜਾਬ ਦੇ ਪਸ਼ੂਆਂ ਦੇ ਇਲਾਜ ਦਾ ਮਾਮਲਾ ਬਿਲਕੁਲ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਪਸ਼ੂ ਇੱਕ ਬਿਮਾਰੀ ਦੇ ਸ਼ਿਕਾਰ ਹੋ ਕੇ ਮਰ ਰਹੇ ਨੇ ਤੇ ਸਰਕਾਰ ਮੰਨਣ ਲਈ ਤਿਆਰ ਨਹੀਂ ਸਰਕਾਰੀ ਅੰਕੜੇ ਕਿਤੇ ਝੂਠ ਬੋਲਦੇ ਨੇ ਫਾਜ਼ਲ ਕਾ ਤੋਂ ਸ਼ੁਰੂ ਹੋਈ ਇੱਕ ਬਿਮਾਰੀ ਪੰਜਾਬ ਦੇ 14-15 ਜ਼ਿਲ੍ਹਿਆਂ ਚ ਫੈਲ ਚੁੱਕੀ ਆ ਔਰ ਹਜ਼ਾਰਾਂ ਤੋਂ ਵੱਧ ਪਸ਼ੂ ਉਹਦੀ ਵਿੱਚ ਉਸੇ ਚਪੇਟ ਚਾਕੇ ਜਾਨ ਗਵਾ ਚੁੱਕੇ ਨੇ ਤੇ ਪਰ ਇੱਥੇ ਨਾ ਡੰਗਰ ਹਸਤਾੜਾ ਹੈ ਨਾ ਡੰਗਰ ਡਾਕਟਰ ਨੇ ਨਾ ਡੰਗਰਾਂ ਦੀ ਦਵਾਈਆਂ ਨੇ ਤੇ ਫਿਰ ਚੱਲ ਰਿਹਾ ਰਬਾਸਰੇ ਕੰਮ ਸੋ ਉਹਦੇ ਉੱਤੇ ਵੀ ਜਿੱਥੇ ਹਸਪਤਾਲਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਜਿੱਥੇ ਉੱਥੇ ਪ੍ਰਬੰਧ ਪੂਰੇ ਕਰਨ ਦੀ ਲੋੜ ਹੈ ਜਿੱਥੇ ਡਾਕਟਰੀ ਅਮਲਾ ਫਲਾ ਦੇਣ ਦੀ ਲੋੜ ਹੈ ਜਿੱਥੇ ਆਯੁਸ਼ਮਾਨ ਵਰਗੀਆਂ ਯੋਜਨਾਵਾਂ ਨੂੰ ਮੁੜ ਕੇ ਪੈਰਾਸਰ ਕਰਨ ਦੀ ਲੋੜ ਹੈ ਉੱਥੇ ਹੀ ਆ ਵੀ ਪਸ਼ੂ ਤੰਨ ਪੰਜਾਬ ਦੀ ਵੱਡੀ ਵੱਡਾ ਤੰਨਾ ਹੈ ਕਿਉਂਕਿ ਖੇਤੀ ਪ੍ਰਧਾਨ ਸੂਬੇ ਦੇ ਨਾਤੇ ਪਸ਼ੂ ਦੇ ਆਲੇ-ਦਾਲੇ ਵੀ ਜੀਵਨ ਆਰਥਿਕ ਜੀਵਨ ਘੁੰਮਦਾ ਹੈ ਵੱਡੀ ਗਿਣਤੀ ਚ ਅੱਜਕੱਲ ਡੈਰੀ ਫਾਰਮ ਨੇ ਵੱਡੀ ਗਿਣਤੀ ਚ ਪਿੰਡਾਂ ਚ ਲੋਕ ਇੱਕ ਪਸ਼ੂ ਦੋ ਪਸ਼ੂ ਰੱਖ ਕੇ ਵੀ ਆਪਣਾ ਗੁਜ਼ਾਰਾ ਕਰਦੇ ਨੇ ਬੇਜਮੀਨੇ ਲੋਕ ਖਾਸ ਕਰਕੇ ਹਰਜਿੰਦਰ ਕੌਰ ਜਿਹੜੀ ਕਾਂਸੀ ਦਾ ਮੈਡਲ ਲੈ ਕੇ ਉਹਦਾ ਪਰਿਵਾਰ ਵੀ ਮਤਲਬ ਪਸ਼ੂਆਂ ਦੇ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦਾ ਸੋ ਇਸ ਤਰ੍ਹਾਂ ਦੇ ਕਿੰਨੇ ਪਰਿਵਾਰ ਨੇ ਕੋਈ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਦਾ ਪਰ ਇੱਧਰ ਹੁਣ ਨਵੀਂ ਚਿੰਤਾ ਸਾਹਮਣੇ ਕਿਉਂਕਿ ਫਾਜ਼ਿਲਕਾ ਜ਼ਿਲ੍ਹੇ ਚੋਂ ਸ਼ੁਰੂ ਹੁੰਦੀ ਹੈ ਬਿਮਾਰੀ ਕਹਿੰਦੇ ਜੀ ਇਹ ਹੈ ਬਿਮਾਰੀ ਲੰਪੀ ਸਕਿਨ ਲੰਪੀ ਸਕਿਨ ਨਾਂ ਦੀ ਇੱਕ ਬਿਮਾਰੀ ਸ਼ੁਰੂ ਹੋਈ 14 ਜ਼ਿਲ੍ਹਿਆਂ ਚ ਫੈਲ ਚੁੱਕੀ ਆ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਸਰਕਾਰ ਕਹਿੰਦੀ 16 ਪਸ਼ੂ ਮਰੇ ਐ ਇਸ ਬਿਮਾਰੀ ਨਾਲ ਤੇ ਉੱਥੇ ਜਿਹੜਾ ਇੱਕ ਡੇਰਾ ਚਲਾਉਂਦੇ ਆ ਜਿਵੇਂ ਖੁੱਲੇ ਪਸ਼ੂ ਰੱਖ ਕੇ ਜਿਹੜੇ ਉਹ ਕਹਿੰਦੇ ਜੀ ਜਨਾਬ 650 ਪਸ਼ੂ ਤਾਂ ਸਾਡੇ ਚਲੇ ਗਏ ਸੋ ਇੱਕ ਪਾਸੇ 16 ਦੂਹੇ ਪਾਸੇ 600 ਫਰਕ ਬਹੁਤ ਆ ਜਨਾਬ ਇਹ ਉਵੇਂ ਹੀ ਆ ਭਗਵੰਤ ਮਾਨ ਜੀ ਕਹਿੰਦੇ 125 ਏਕੜ ਜ਼ਮੀਨ ਖਾਲੀ ਕਰਾਈ ਆ ਮਾਨ ਪਰਿਵਾਰ ਤੋਂ ਮਾਨ ਹੋਰ ਹੀ ਕਹਿੰਦੇ 1.25 ਸੀ ਉਹਨੂੰ 125 ਕਹਤਾ ਵਿੱਚ ਉਹ ਬਿੰਦੀ ਹਟਾਤੀ ਹੁਣ ਸਰਕਾਰ ਕਹੀ ਜਾਂਦੀ ਹੈ 16 ਪਸ਼ੂ ਮਰੇ ਨੇ ਤੇ ਉੱਥੇ ਲੋਕ ਦੱਸਦੇ ਨੇ ਜਿਹੜੇ ਉਹਨੂੰ ਪਸ਼ੂਆਂ ਨੂੰ ਸੰਭਾਲਦੇ ਨੇ ਕਹਿੰਦੇ ਸਾਡੇ 650 ਪਸ਼ੂ ਚਲੇ ਗਏ ਇਹ ਕੱਲੇ ਫਾਜ਼ਿਲਕਾ ਦੀ ਸਥਿਤੀ ਨਹੀਂ ਬਾਕੀ ਜ਼ਿਲ੍ਹਿਆਂ ਦੀ ਸਥਿਤੀ ਵੀ ਹੈ ਫਾਜ਼ਿਲਕਾ ਦੇ ਵਿੱਚ 16 ਪਸ਼ੂਆਂ ਦੀ ਮੌਤ ਸਰਕਾਰੀ ਅੰਕੜਿਆਂ 'ਚ ਹੈ ਤੇ ਜਿਹੜੇ ਉਹਨਾਂ ਨੂੰ ਪਸ਼ੂਆਂ ਨੂੰ ਪਾਲਣ ਵਾਲੇ ਨੇ ਜਿਹੜੇ ਮੈਸਾਂ ਗਊਆਂ ਰੱਖਦੇ ਨੇ ਉਹ ਕਹਿੰਦੇ ਸਾਡੇ 650 ਪਸ਼ੂ ਗਏ ਨੇ ਇਸੇ ਤਰ੍ਹਾਂ ਮੁਖਸਰ ਦੇ ਵਿੱਚ ਹਾਲਤ ਇਹ ਹੈ ਕਿ 148 ਪਿੰਡਾਂ ਦੇ 3000 ਦੇ ਕਰੀਬ ਪਸ਼ੂ ਬਿਮਾਰ ਨੇ 148 ਪਿੰਡਾਂ ਦੇ 3000 ਦੇ ਕਰੀਬ ਪਸ਼ੂ ਬਿਮਾਰ ਨੇ ਤੇ 113 ਪਸ਼ੂ ਕਹਿੰਦੇ ਜੀ ਜਾਨ ਚਲੀ ਗਈ ਹੈ ਇਹ ਸਰਕਾਰੀ ਅੰਕੜਾ ਸਰਕਾਰੀ ਅੰਕੜਾ ਕਹਿੰਦਾ ਕਿ 113 ਪਸ਼ੂ ਗਏ ਨੇ ਪਰ ਜਿਹੜੇ ਪਸ਼ੂ ਚੱਕਣ ਵਾਲੇ ਨੇ ਉਹ ਕਹਿੰਦੇ ਪਿਛਲੇ 10 ਦਿਨਾਂ ਚ ਅਸੀਂ 200 ਪਸ਼ੂ ਚੱਕ ਕੇ ਲੈ ਜਾ ਚੁੱਕੇ ਹਾਂ ਮਰੇ ਹੋਏ ਫਰਕ ਪਈ ਜਾਂਦਾ ਨਮਾ ਸ਼ਹਿਰ ਨਮਾ ਸ਼ਹਿਰ ਤੇ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਨਮਾ ਸ਼ਹਿਰ ਦੇ 40 ਪਿੰਡਾਂ ਚ ਕਹਿੰਦੇ 300 ਤੋਂ ਵੱਧ ਪਸ਼ੂ ਬਿਮਾਰ ਨੇ ਤੇ ਉੱਥੇ 40 ਤੋਂ 50 ਪਸ਼ੂਆਂ ਦੀ ਮੌਤ ਦੀ ਹੋਈ ਆ ਤੇ ਸਰਕਾਰੀ ਅੰਕੜੇ ਕਹਿੰਦੇ ਜੀ ਨਹੀਂ ਇੱਕ ਜਾਂ ਤਿੰਨ ਇੱਕ ਪਸ਼ੂ ਨੇ ਹਮਾਲਾ ਜਨਾਬ ਇੱਕ ਤਿੰਨ ਔਰ 40 50 'ਚ ਬਹੁਤ ਫਰਕ ਆ ਹਾਂ ਹੁਣ ਸਰਕਾਰ ਨੇ ਇਸ ਮਸਲੇ ਤੇ ਥੋੜੀ ਜਿਹੀ ਇੱਕ ਪਹਿਲ ਕਦਮੀ ਕੀਤੀ ਆ ਸਰਕਾਰ ਵੱਲੋਂ ਕਹਿੰਦੇ ਕਿ ਫੰਡ ਜਾਰੀ ਕੀਤਾ ਜਾ ਰਿਹਾ ਹੈ ਬਕਾਇਦਾ ਤੌਰ ਤੇ ਡੇਰੀ ਵਿਕਾਸ ਮੰਤਰੀ ਹੋਰਾਂ ਨੇ ਲਾਲਜੀਤ ਭੁੱਲਰ ਨੇ ਕਿਹਾ ਕਿ ਜਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਨੂੰ 5-5 ਲੱਖ ਔਰ ਜਿਹੜੇ ਘੱਟ ਨੇ ਉਹਨਾਂ ਨੂੰ 3-3 ਲੱਖ ਖਾਸ ਕਰਕੇ ਹਾਂ ਫਾਜ਼ਿਲਕਾਉਂ ਗੁਰਦਾਸਪੁਰ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਫਿਰੋਜ਼ਪੁਰ ਨੂੰ ਇਹਨਾਂ ਨੂੰ 5-5 ਲੱਖ ਤੇ ਬਾਕੀ ਜ਼ਿਲ੍ਹਿਆਂ ਲਈ 3-3 ਲੱਖ ਸੋ ਇੱਥੇ ਜਿੱਥੇ ਹਸਪਤਾਲ ਡਿਸਪੈਂਸਰੀਆਂ ਹੈ ਪੰਚਾਇਤਾਂ ਦੇ ਅਧੀਨ ਚੱਲਣ ਵਾਲੇ ਮੁੱਢਲੇ ਸਹਿਤਾ ਕੇਂਦਰ ਉੱਥੇ ਨਵੇਂ ਮਹੱਲਾ ਕਲੀਨਿਕ ਜਿੱਥੇ ਇਹਨਾਂ ਵੱਲ ਗੌਰ ਕਰਨ ਦੀ ਲੋੜ ਆ ਪਈ ਉੱਥੇ ਪਸ਼ੂ ਹਸਪਤਾਲਾਂ ਕੰਨੀ ਵੀ ਪਸ਼ੂ ਡਿਸਪੈਂਸਰੀਆਂ ਕੰਨੀ ਵੀ ਹੈ ਡੰਗਰ ਹਸਪਤਾਲਾਂ ਦੇ ਕੰਨੀ ਵੀ ਗੌਰ ਕਰਨ ਦੀ ਲੋੜ ਆ ਉਹਨਾਂ ਨੂੰ ਵੀ ਨਾ ਡਾਕਟਰ ਪੂਰੇ ਮਿਲ ਰਹੇ ਨੇ ਨਾ ਸਾਧਨ ਪੂਰਾ ਮਿਲ ਰਿਹਾ ਨਾ ਸੁਮਾਨ ਪੂਰਾ ਮਿਲ ਰਿਹਾ ਸੋ ਇਹ ਇਸ ਲਈ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਵਿੱਚ ਇਹ ਪਸ਼ੂ ਧਨ ਦਾ ਵੀ ਵੱਡਾ ਯੋਗਦਾਨ ਹੈ ਉਹਦੇ ਪਰ ਵੀ ਸਰਕਾਰ ਗੌਰ ਕਰੇ ਇੱਥੇ ਬੰਦਿਆਂ ਦੀ ਵੀ ਹਾਲਤ ਹੋਈ ਜੀਆ ਪਸ਼ੂਆਂ ਦੀ ਵੀ ਹਾਲਤ ਹੋਈ ਜੀਆ ਸੋ ਇਸ ਲਈ ਸਰਕਾਰਾਂ ਦੇ ਮੂਰੇ ਵੱਡੀਆਂ ਚੁਣੌਤੀਆਂ ਨੇ ਬੇਸ਼ੱਕ 4 ਮਹੀਨੇ ਹੋਏ ਨੇ ਪਹਿਲੀਆਂ ਸਰਕਾਰਾਂ ਦੀ ਕੀਤੀ ਸਮਝੌਤੇ ਯੋਜਨਾਵਾਂ ਪਰ ਇਹ ਯੋਜਨਾ ਅਚਾਨਕ ਜੇਕਰ ਭੱਜੀ ਜਾਂ ਕੰਪਨੀ ਤਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਦੇ ਲਈ ਹੁਣ ਤੱਕ ਹੱਥ ਕਿਉਂ ਖਿੱਚੀ ਰੱਖਿਆ ਹੁਣ ਤੱਕ ਚੁੱਪ ਕਿਉਂ ਹੁਣ ਸਰਕਾਰ ਨੇ ਕਿਹਾ ਜਰੂਰ ਹੈ ਕਿ ਅਸੀਂ ਇਸ ਪਰ ਕਾਨੂੰਨੀ ਕਾਰਵਾਈ ਕਰਾਂਗੇ ਪਰ ਇੰਨਾ ਸਮਾਂ ਸੋ ਜਦੋਂ ਕਿ ਰਿਪੋਰਟਾਂ ਪਹਿਲਾਂ ਆਉਣ ਲੱਗੀਆਂ ਸੀ ਪੰਜਾਬ ਦੇ ਹਸਪਤਾਲ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਨੇ ਹੱਥ ਖਿੱਚਨੇ ਸ਼ੁਰੂ ਕਰ ਦਿੱਤੇ ਸੀ 200 ਤੋਂ ਵੱਧ ਹਸਪਤਾਲ ਇਲਾਜ ਕਰਨਾ ਬੰਦ ਕਰ ਚੁੱਕੇ ਨੇ ਆਸ਼ਵਾਨ ਯੋਜਨਾ ਤਹਿਤ ਤੇ ਚੰਡੀਗੜ੍ਹ ਦੇ 32 16 ਹਸਪਤਾਲਾਂ ਨੇ ਪਹਿਲਾਂ ਨਾ ਕਰਤੀ ਸੀ ਇਲਾਜ ਕਰਨ ਤੋਂ ਤੇ ਹੁਣ ਪੀਜੀਆਈ ਨੇ ਵੀ انکار ਕਰ ਦਿੱਤੀ ਜਿਹੜਾ ਲੋਕਾਂ ਨੂੰ ਆਖਰੀ ਪੰਜਾਬ ਚ ਲੱਗਦਾ ਕਿ ਲੈ ਭਾਈ ਉੱਥੇ ਪਹੁੰਚ ਕੇ ਤਾਂ ਠੀਕ ਹੋ ਜਾਂ ਪਰ ਜਦ ਹਾਂ ਲੰਗਰ ਤੋਂ ਪ੍ਰਸ਼ਾਦਾ ਛੱਕ ਕੇ ਮਰੀਜ਼ ਦਾ ਇਲਾਜ ਕਰਾਉਣ ਲੋਕ ਪਹੁੰਚਦੇ ਨੇ ਸੋ ਉਹਨਾਂ ਦੇ ਲਈ ਵੱਡੀਆਂ ਦਿੱਕਤਾਂ ਨੇ ਸੋ ਸਰਕਾਰ ਇਹਨੂੰ ਹਲਕੇ 'ਚ ਨਾ ਲਵੇ ਗੰਭੀਰਤਾ ਨਾਲ ਲਵੇ ਤੇ ਤੁਰੰਤ ਇਸ ਪਰ ਗੌਰ ਕਰੇ ਚਲੋ ਮਸਲਾ ਜਨਾਬ ਸੁਮੇத் ਸੈਣੀ ਜੀ ਦਾ ਖੂਬ ਚਰਚਾ ਵਿੱਚ ਆ ਸੁਮੇத் ਸੈਣੀ ਪੰਜਾਬ ਦੇ ਡੀਜੀਪੀ ਸਾਬਕਾ ਡੀਜੀਪੀ ਬਾਦਲਾ ਨਾਲ ਵੀ ਲੰਮਾ ਸਮਾਂ ਕੈਪਟਨ ਨਾਲ ਵੀ ਲੰਮਾ ਸਮਾਂ ਪਰ ਕਾਰਜਕਾਲ ਵਿਵਾਦਿਤ ਚਾਹੇ ਖੜਕੂਬਾ ਦਾ ਦੌਰ ਰਿਹਾ ਹੋਵੇ ਤੇ ਚਾਹੇ ਹੁਣ ਵਾਲਾ ਦੌਰ ਰਿਹਾ ਹੋਵੇ ਉਸ ਦੌਰ ਦੇ ਵਿੱਚ ਬੈਬਲ ਕਲਾ ਵਰਗਾੜੀ ਕਾਂਡ ਤੇ ਫਿਰ ਕੋਟਕਪੂਰਾ ਗੋਲੀ ਕਾਂਡ ਦੋ ਮਾਮਲਿਆਂ ਚ ਸਮੇਸਿਆਣੀ ਸਵਾਲਾਂ ਦੇ ਘੇਰੇ ਚ ਪੁਲਿਸ ਦੀ ਹੁਕਮਾਂ ਤੋਂ ਬਿਨਾਂ ਪੁਲਿਸ ਵਾਲੇ ਗੋਲੀਆਂ ਨਹੀਂ ਚਲਾ ਸਕਦੇ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਸਰਕਾਰੀ ਮੁਲਾਜ਼ਮ ਡਿੰਗ ਨਹੀਂ ਪਟਦੇ ਤੇ ਇੱਥੇ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਬਾਤ ਚੁ ਕਹਿੰਦੇ ਪੁਲਿਸ ਵਾਲੇ ਅਣਪਛਾਤੇ ਨੇ ਰਫਲਾਂ ਅਣਪਛਾਤੀਆਂ ਨੇ ਗੋਲੀਆਂ ਅਣਪਛਾਤੀਆਂ ਨੇ ਤੇ ਇਨਸਾਫ ਵੀ ਹੁਣ ਅਣਪਛਾਤਾ ਹੈ ਅਜੇ ਤੱਕ ਇਨਸਾਫ ਪੇਸ਼ਾਨ ਨਹੀਂ ਹੋ ਰਿਹਾ ਕਿ ਕੌਣ ਦੇਗਾ ਕੀ ਤੋਂ ਆਸ ਕਰੀਏ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਸਵਾਲਾਂ ਦਾ ਘੇਰੇ ਚ ਲਿਆਂਦਾ ਕੈਪਟਨ ਅਮਰਿੰਦਰ ਨੇ ਤੇ ਕਿਹਾ ਚਾਹੇ ਰਾਜਨੀਤਿਕ ਤਰ ਹੋਵੇ ਚਾਹੇ ਕੋਈ ਡੇਰੇ ਵਾਲੀ ਸ਼ਕਤੀ ਹੋਵੇ ਚਾਹੇ ਕੋਈ ਪ੍ਰਸ਼ਾਸਨਿਕ ਅਫਸਰ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕੋਈ ਨਹੀਂ ਬਖਸ਼ਾਂਗੇ ਜਿਲ੍ਹੇ ਦੇ ਅੰਦਰ ਦੇਾਂਗੇ ਦੋਸ਼ੀਆਂ ਨੂੰ ਖੁਦ ਚਲੇਗੇ ਲਾਂਬੇ ਹੋਗੇ ਸੱਤਾ ਤੋਂ ਪਰ ਦੋਸ਼ੀ ਨਹੀਂ ਅੰਦਰ ਆਏ ਚੰਨੀ ਜੀ ਵੀ ਦੌਰ ਲੰਘ ਗਿਆ ਕਦੇ ਸੀਬੀਏ ਤੋਂ ਜਾਂਚ ਕਰਾ ਲਈ ਕਦੇ ਆਪਣੀ ਸਿੱਟ ਲਾ ਲਈ ਕਦੇ ਦੂਜੀ ਸਿੱਟ ਲਿਆਂਦੀ ਕਦੇ ਤੀਜੀ ਸਿੱਟ ਬਣਾ ਲਈ ਹੁਣ ਇੱਕ ਸਿੱਟ ਦੀ ਰਿਪੋਰਟ ਭਗਵੰਤ ਮਾਨ ਜੀ ਨੇ ਵੀ ਸੌਂਪਤੀ ਉਹ ਚ ਵੀ ਡੇਰੇ ਵਾਲਾ ਇਸ਼ਾਰਾ ਵੀ ਕਰ ਦਿੱਤਾ ਪਰ ਮਾਮਲਾ ਕੋਈ ਤਣ ਪੱਤਰ ਨਹੀਂ ਸੋ ਸੁਮੇਤ ਸੈਣੀ ਹੋਰਾਂ ਨੂੰ ਉਹ ਸਿੱਟ ਨੇ ਬੁਲਾਇਆ ਜਿਹੜੀ ਸਿੱਟ ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੁਮੇਤ ਸੈਣੀ ਜੀ ਪੇਸ਼ ਹੋਏ ਕਾਗਜ਼ ਪੱਤਰ ਨਾਲ ਲੈ ਕੇ ਗਏ ਜਿਨ੍ਹਾਂ ਦੇ ਜਵਾਬ ਪਹਿਲਾਂ ਦਿੱਤੇ ਨੇ ਕੁਝ ਉਹ ਜਵਾਬ ਨਾਲ ਲੈ ਕੇ ਗਏ ਸਾਢੇ 4 ਘੰਟੇ ਪੁੱਛ ਕੇ ਚੱਲਦੀ ਹੈ 4 ਘੰਟੇ ਤੋਂ ਬਾਅਦ ਸਮਾਂ ਪੁੱਛ ਕੇ ਚੱਲਦੀ ਹੈ 55 ਤੋਂ 60 ਸਵਾਲ ਪੁੱਛੇ ਜਾਂਦੇ ਨੇ ਸੁਮੇਤ ਸੈਣੀ ਨੂੰ ਤੇ ਜਵਾਬ ਤਈਆਂ ਕਰ ਦਿੰਦੇ ਨੇ ਤੇ ਕੁਝ ਸਵਾਲਾਂ ਦੇ ਜਵਾਬ ਹੀ ਨਹੀਂ ਸੁਮੇਤ ਸੈਣੀ ਹੋਰਾਂ ਨੂੰ ਸਿੱਧੇ ਸਵਾਲ ਪੁੱਛੇ ਗਏ ਕੀ ਜੀ ਕਿਹਦੇ ਹੁਕਮਾਂ ਤੇ ਗੋਲੀ ਚਲਾਉਣ ਦਾ ਆਰਡਰ ਦਿੱਤਾ ਕਿਹਦੇ ਨਿਰਦੇਸ਼ਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਕਿਹਨੇ ਕਿਹਾ ਸੀ ਤੁਹਾਨੂੰ ਕਿ ਗੋਲੀ ਚਲਾਓ ਤੁਸੀਂ ਕਿਹਨੂੰ ਕਿਹਾ ਤੁਸੀਂ ਕਿਹਨੂੰ ਨਿਰਦੇਸ਼ ਦਿੱਤੇ ਗੋਲੀ ਚੱਲਣ ਦੀ ਜਦੋਂ ਤੁਹਾਨੂੰ ਖਬਰ ਮਿਲੀ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਜਾਣਕਾਰੀ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਜਾਂ ਕਿਸੇ ਅਧਿਕਾਰੀ ਨੂੰ ਤੇ ਜਦੋਂ ਜਾਣਕਾਰੀ ਦੇਣ ਲਈ ਫੋਨ ਮਿਲਾਇਆ ਫੋਨ ਆਪਣਾ ਸੀ ਜਾਂ ਫਿਰ ਕਿਸੇ ਮੁਲਾਜ਼ਮ ਤੋਂ ਫੜ ਕੇ ਫੋਨ ਮਿਲਾਇਆ ਕਿੰਨੇ ਤਰ੍ਹਾਂ ਦੇ ਸਵਾਲ ਤੇ ਜਿਨ੍ਹਾਂ ਸਵਾਲਾਂ ਦੇ ਸਮੇਸਿਹਣੀ ਜਵਾਬ ਨਹੀਂ ਦੇ ਪਾਉਂਦੇ ਤੇ ਕਹਿੰਦੇ ਜੀ ਅਸੀਂ ਕਾਨੂੰਨ ਦੇ ਤਹਿਤ ਹੀ ਕਾਰਵਾਈ ਕੀਤੀ ਸਾਰੀ ਤੇ ਡਿਊਟੀ ਮੈਜਿਸਟ੍ਰੇ ਨੂੰ ਪੁੱਛੋ ਇਹ ਗੱਲ ਤਾਂ ਉਹ ਹੀ ਜਵਾਬ ਦੇ ਸਕਦਾ ਕਿਉਂਕਿ ਡਿਊਟੀ ਮੈਜਿਸਟ੍ਰੇ ਨੇ ਫੈਸਲਾ ਲੈਣਾ ਹੁੰਦਾ ਗੋਲੀ ਚੜ੍ਹਨ ਦਾ ਕਮਾਲ ਹੈ ਜਨਾਬ ਨੀਜੀਪੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਗ੍ਰਹਿ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਮੁੱਖ ਮੰਤਰੀ ਸਾਹਿਬ ਨੂੰ ਹੁਣ ਤੱਕ ਪਤਾ ਹੀ ਨਹੀਂ ਲੱਗਿਆ ਜੇਕਰ ਤੁਸੀਂ ਸੱਚਮੁੱਚ ਇਨਸਾਫ ਪਸੰਦ ਹੁੰਦੇ ਤਾਂ ਸਾਹਮਣੇ ਆ ਕੇ ਕਹਿੰਦੇ ਕਿ ਜੇ ਤੁਸੀਂ ਆਰਡਰ ਨਹੀਂ ਦਿੱਤਾ ਤਾਂ ਕਿਹਨੇ ਦਿੱਤਾ ਜੇ ਖੁਦ ਦਿੱਤਾ ਤਾਂ ਮੰਨੋ ਸੋ 4 4.5 ਘੰਟੇ ਦੀ ਪੁੱਛਗਿੱਛ ਤੇ ਵਿੱਚ ਲੰਮੇ ਸਵਾਲ ਸੀ ਤਿੱਖੇ ਸਵਾਲ ਸੀ ਤੇ ਉਹਨਾਂ ਸਵਾਲਾਂ ਦੇ ਜਵਾਬ ਸਮੇਂ ਸੈਣੀ ਕੋਲ ਨਹੀਂ ਸੀ ਉਹਨਾਂ ਨੇ ਕਹਿੰਦੇ ਕਿ ਸਿੱਟ ਨੇ ਅਗਲੀ ਵਾਰ ਲਈ ਵੀ ਪ੍ਰਵਾਨਗੀ ਲਿਖਤੀ ਲੈ ਲੀਆ ਕਿ ਅਗਲੀ ਵਾਰ ਜਦ ਭਲਾਵਾਗੇ ਤਾਂ ਪੇਸ਼ ਹੋਣਾ ਪੈਣਾ ਸੋ ਸਮੇਂ ਸੈਣੀ ਦਾ ਜਿਹੜਾ ਵੀ ਕਾਰਜ ਕਰ ਰਿਹਾ ਪੁਲਿਸ ਦੇ ਵਿੱਚ ਡੀਜੀਪੀ ਦਾ ਉਹਦੇ ਤੱਕ ਉਹ ਵਿਵਾਦਾਂ 'ਚ ਰਿਹਾ ਤੇ ਹੁਣ ਉਸ ਤੋਂ ਬਾਅਦ ਬਾਹਰ ਆ ਕੇ ਵੀ ਉਹ ਲਗਾਤਾਰ ਬਵਾਦਾਂ ਦੇ ਵਿੱਚ ਨੇ ਤੇ ਇਸ ਨੂੰ ਲੈ ਕੇ ਚਿੰਤਾਵਾਂ ਵੀ ਖੜੀਆਂ ਨੇ ਸਵਾਲ ਵੀ ਖੜੇ ਨੇ ਪਰ ਉਹ ਸਭ ਦੇ ਵਿੱਚ ਫਿਕਰਮੰਦੀ ਖੜੀ ਆ ਕਿ ਭਾਈ ਕੀ ਧਰਨੇ ਮੁਜਾਰੇ ਲਾ ਕੇ ਹੀ ਇਨਸਾਫ ਮਿਲਣਾ ਕਿਉਂਕਿ ਲੰਮਾ ਸਮਾਂ 2015 ਤੋਂ ਲੈ ਕੇ 2022 ਤੱਕ 7 ਸਾਲ ਤੇ 7 ਸਾਲਾਂ ਚ ਚਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੈਪਟਨ ਅਮਰਿੰਦਰ ਅਮਰਿੰਦਰ ਤੋਂ ਚੰਨੀ ਚੰਨੀ ਤੋਂ ਭਗਵੰਤ ਮਾਨ ਪਰ ਪੰਜਾਬ ਨੂੰ ਇਨਸਾਫ ਨਹੀਂ ਦੋਸ਼ੀ ਨੂੰ ਸਜ਼ਾ ਮਾ ਨਹੀਂ ਸੋ ਇਸ ਨੂੰ ਲੈ ਕੇ ਪੰਜਾਬ ਦੀ ਫਿਕਰਮੰਦੀ ਆ ਔਰ ਸੁਮੇਸ਼ ਸੈਣੀ ਸਣੇ ਬਾਕੀ ਮਾਮਲਿਆਂ ਦੇ ਉੱਤੇ ਵੀ ਹੁਣ ਜਿਵੇਂ ਡੇਰੇ ਵਾਲੇ ਮਾਮਲੇ ਚ ਡੇਰੇ ਵਾਲੇ ਤੇ ਰਿਕੋਰਟ ਪਹੁੰਚ ਰਹੀ ਆ ਕਿ ਨਹੀਂ ਜੀ ਸਾਡਾ ਮਾਮਲਾ ਸੌਂਪ ਦਿਓ ਸਟ ਸੀਬੀਆਈ ਨੂੰ ਅਸੀਂ ਨਹੀਂ ਕਰਾਉਣੀ ਇੱਥੋਂ ਜਾਂਚ ਤੇ ਜਿਹੜੇ ਦੋ ਤਿੰਨ ਦੋਸ਼ੀ ਫੜੇ ਵੀ ਜਾਂਦੇ ਨੇ ਉਹ ਦੋਸ਼ੀ ਜਦੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਨਾਲ 10-10 ਸਕਿਉਰਟੀ ਗਾਰਡ ਨੇ ਤੇ ਜਿਹੜਾ ਗਵਾਹੀ ਦਿੰਦਾ ਇਸ ਮਾਮਲੇ ਵਿੱਚ ਬੇਦੀਵੜੇ ਮਾਮਲੇ ਵਿੱਚ ਉਹਦੇ ਨਾਲ ਇੱਕ ਪੁਲਿਸ ਵਾਲਾ ਤੁਰਿਆ ਫਿਰਦਾ ਸੋ ਉਸ ਨੂੰ ਫਿਰ ਅਗਲੇ ਲਲਕਾਰ ਦੇ ਵੀ ਨੇ ਤੇ ਤਾਨੇ ਮੇਨੇ ਵੀ ਮਾਰਦੇ ਨੇ ਸੋ ਇਸ ਲਈ ਤਣਾਅ ਵਾਲੀ ਚੰਤਾਲੀ ਸਤੀਵਿਆ ਪਰ ਪੰਜਾਬ ਬੇਅਦਬੀ ਕਾਂਡ ਦੇ ਮਾਮਲੇ 'ਚ ਇਨਸਾਫ ਭਾਲਦਾ ਉਹ ਇਨਸਾਫ ਜਿਹੜਾ ਕੈਪਟਨ ਦੀ ਸਰਕਾਰ 'ਚ ਵੀ ਨਹੀਂ ਮਿਲਿਆ ਉਹ ਇਨਸਾਫ ਜਿਹੜਾ ਚੰਨੀ ਦੇ ਰਾਜ 'ਚ ਵੀ ਨਹੀਂ ਮਿਲਿਆ ਤੇ ਹੁਣ ਭਗਵੰਤ ਮਾਨ ਕੰਨੀ ਦੇਖਦਿਆ ਉਹ ਡੰਗ ਨਾ ਟਪਾਇਓ ਜਨਾਬ ਸਿੱਟ ਦੀ ਰਿਪੋਰਟ ਸੌਂਪ ਦਿੱਤੀ ਜੀ ਹੁਣ ਆਪੇ ਲੋਕ ਨੂੰ ਮੀਟ ਲੈਣ ਜੀ ਸੋ ਇਸ ਲਈ ਹੰਡੀ ਜੀਪੀ ਨੂੰ ਬੁਲਾ ਲਿਆ ਜੀ ਪੁੱਛਕਿਛ ਕਰ ਲਈ ਵਕਤ ਨਾ ਲੰਗਾਇਓ ਪੰਜਾਬ ਇਨਸਾਫ ਪਾਲਦਾ ਤੇ ਉਹ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਰਾਹਤ ਮਿਲੇ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਸਜ਼ਾ ਮਾਣਨ ਸੋ ਇਸ ਲਈ ਅਸੀਂ ਇਹਨਾਂ ਪਹਿਲਾਂ ਚਰਚਾ ਲੈ ਕੇ ਆਜ਼ਰ ਹੁਣੇ ਫਿਰ ਪਰਤਾਂਗੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ